ਅਸੀਂ ਅੱਜ ਲਗਭਗ 1 ਦਰਜਨ ਜਥੇਬੰਦੀਆਂ ਇੱਥੇ ਹਾਜ਼ਰ ਹੈ, ਜਿਹ 'ਚ ਪੰਜਾਬ ਏਜੰਡਾ ਫੋਰਮ ਹੈ, ਪੰਜਾਬ ਕਰਪਸ਼ਨ ਹੈ, ਮੈਂ 2-3 ਨਾਮ ਲੈ ਦਿੰਦਾ। BQ ਮਾਨ ਗਰੁੱਪ ਹੈ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਹੈ, BQ ਪੁਆਧ ਗਰੁੱਪ ਹੈ, ਇੰਡੀਅਨ ਐਸੋਸੀਏਸ਼ਨ ਆਫ ਲਾਇਰ ਦੇ ਬੈਠੇ ਹੈ, ਅਤੇ ਕੁਝ RTI ਐਕਟੀਵਿਸਟ ਹੈ, ਅਤੇ SCVC ਮਹਾਂਪੰਚਾਇਤ, ਅਤੇ ਆਮ ਆਦਮੀ ਘਰ ਬਚਾਓ ਮੋਰਚਾ, ਅਤੇ ਹੋਰ ਕੁਝ ਜਥੇਬੰਦੀਆਂ ਦੇ ਮੈਂ ਨਾਮ ਨਹੀਂ ਲੈ ਸਕਦਾ ਇੱਥੇ ਬੈਠੇ ਹਾਂ। ਅਸੀਂ ਅੱਜ ਸਿਸਟਮ ਦੇ ਵਿੱਚ ਜਿਹੜੀ ਕਰਪਸ਼ਨ ਹੈ, ਸਿਸਟਮ ਜਿਹੜਾ ਪੀੜਿਤ ਕਰਦਾ, ਇੱਕ ਪਾਸੇ ਤਾਂ ਸਰਕਾਰਾਂ ਨੂੰ ਸਿਸਟਮ ਨੂੰ ਉਹਨਾਂ ਬੰਦਿਆਂ ਨੂੰ ਸਨਮਾਨ ਦੇਣਾ ਚਾਹੀਦਾ ਜਿਹੜੇ ਸਿਸਟਮ ਦੇ ਸੁਧਾਰ ਵਾਸਤੇ ਲੜਦੇ ਆ, ਅਤੇ ਜਿਹਦੇ ਨਾਲ ਸਰਕਾਰ ਨੂੰ ਫਾਇਦਾ ਹੁੰਦਾ। ਪਰ ਦੂਜੇ ਪਾਸੇ ਸਰਕਾਰ ਦੀ ਏਜੰਸੀਆਂ ਉਹਨਾਂ ਕ੍ਰਾਂਤੀਕਾਰੀ ਲੋਕਾਂ ਨੂੰ ਉਲਝਾਉਣ ਨੂੰ ਫਿਰਦੀਆਂ ਝੂਠੇ ਕੇਸਾਂ 'ਚ, ਜਿਹੜੇ ਇਸ ਸਿਸਟਮ ਦੇ ਖਿਲਾਫ਼ ਬੋਲਦੇ ਆ। ਅੱਜ ਕੁਝ ਪੱਤਰਕਾਰ ਦੋਸਤਾਂ ਦੇ ਉੱਤੇ ਵੀ ਹਮਲੇ ਹੋ ਰਹੇ ਆ ਸਾਡੇ ਚੰਡੀਗੜ੍ਹ ਮੋਹਾਲੀ 'ਚ, ਉਹਨਾਂ ਨੂੰ ਜੇਲ੍ਹ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਅਸੀਂ ਸਾਰੀ ਗੱਲਬਾਤ ਅੱਜ ਬਰੀਫ 'ਚ ਕਰਕੇ ਪ੍ਰੈਸ ਕਾਨਫਰੰਸ ਤੋਂ ਬਾਅਦ CM ਸਾਹਿਬ ਦੇ ਦਫ਼ਤਰ ਦੇ ਵਿੱਚ ਅਸੀਂ ਕੰਪਲੇਂਟ ਦੇਵਾਂਗੇ ਕਿ ਕਿਹੜੀ ਕਿਹੜੀ ਪੁਲਿਸ ਹੈ, ਵਿਜੀਲੈਂਸ ਦੇ ਕਿਹੜੇ ਅਧਿਕਾਰੀ, ਵਿਜੀਲੈਂਸ ਬਿਊਰੋ ਦੇ ਵਿੱਚ ਕੁਝ ਅਜਿਹੇ ਲੋਕ ਹੈਗੇ ਆ, ਪੰਜਾਬ ਪੁਲਿਸ ਦੇ ਵਿੱਚ ਕੁਝ ਅਜਿਹੇ ਲੋਕ ਹੈਗੇ ਆ, ਕੁਝ IS ਅਫਸਰ, ਕੁਝ PCS ਅਫਸਰ ਅਜਿਹੇ ਲੋਕ ਹੈਗੇ ਆ ਜਿਹੜੇ ਉਹਨਾਂ ਲੋਕਾਂ ਨੂੰ ਝੂਠੇ ਕੇਸਾਂ ਉਲਝਾ ਕੇ ਜੇਲ੍ਹ ਭੇਜ ਕੇ ਆਵਾਜ਼ ਬੰਦ ਕਰਨਾ ਚਾਹੁੰਦੇ ਆ ਜਿਹੜੇ ਸਿਸਟਮ ਦੇ ਵਿੱਚ ਫੈਲੀ ਹੋਈ ਕਰਪਸ਼ਨ ਦੇ ਖਿਲਾਫ਼ ਬੋਲਦੇ ਆ। ਸਰ, ਕਿਹੜੀ ਆਵਾਜ਼ ਹੈ, ਕਿਸ ਤਰ੍ਹਾਂ ਦੀ ਆਵਾਜ਼ ਉਹ ਬੁਲੰਦ ਕਰ ਰਹੇ ਹੈ? ਸਾਡੇ ਇੱਕ ਚੈਨਲ ਹੈ ਪੰਜਾਬੀ ਦੇ, ਉਹ ਅਲੱਗ ਅਲੱਗ ਮਾਮਲਿਆਂ ਦੇ ਵਿੱਚ ਉਹਨਾਂ ਨੇ ਮੋਹਾਲੀ ਪੁਲਿਸ ਦੇ ਖਿਲਾਫ਼ ਬਹੁਤ ਜ਼ਿਆਦਾ ਮਾਮਲੇ ਉਜਾਗਰ ਕੀਤੇ, ਜਿਹੜੇ ਕੋਰਟ ਦੇ ਕੇਸ ਹੈ ਕਿ ਕੋਈ ਰਿਸ਼ਵਤ ਮੰਗਦਾ ਪੁਲਿਸ ਅਫਸਰ, ਕਿਹਦੇ ਕੋਰਟ ਦੇ ਆਰਡਰ ਪਾਸ ਹੋਏ ਆ 50 ਲੱਖ ਦੀ ਰਿਸ਼ਵਤ ਦੇ, ਕਿਹਦੇ 1 ਕਰੋੜ ਦੀ ਰਿਸ਼ਵਤ ਦੇ। ਉਹਦੇ ਵਿੱਚ ਫਿਰ ਜਿਹੜਾ ਆਵਾਜ਼ ਚੱਕਣ ਵਾਲਾ ਚੈਨਲ ਹੈ, ਉਹਦੇ ਜਿਹੜੇ ਮੇਨ ਪੱਤਰਕਾਰ ਹੈ ਰਜਿੰਦਰ ਸਿੰਘ ਤੱਗੜ, ਉਹਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਕ ਝੂਠੇ ਕੇਸ ਉਲਝਾਉਣ ਦੀ। ਜੇ ਮੈਂ ਆਪਣੀ ਗੱਲ ਕਰਾਂ, CM ਸਾਹਿਬ ਦਾ ਬਿਆਨ ਸੀ ਅਮਰੂਦ ਬਾਗ ਸਕੈਮ 'ਚ ਕਿ 1 ਕਰੋੜ ਰੁਪਏ ਸੀ ਗੰਗਾ ਗਈਆਂ ਹੱਡੀਆਂ ਵਾਪਸ ਲਿਆਉਂਦੇ ਆ। ਸਾਡੇ ਜਿਹੜੇ ਸਕੈਮ ਨੂੰ ਉਜਾਗਰ ਕਰਨ ਵਾਲੇ ਲੋਕ ਹੈ, ਸਾਨੂੰ ਵੀ ਝੂਠੇ ਕੇਸ ਉਲਝਾਉਣ ਵਾਸਤੇ ਵਿਜੀਲੈਂਸ ਬਿਊਰੋ ਦੇ ਕੁਝ ਕਰਪਟ ਅਫਸਰਾਂ ਨੇ ਅਤੇ ਪੁਲਿਸ ਦੇ ਕੁਝ ਕਰਪਟ ਅਫਸਰਾਂ ਨੇ ਤਿਆਰੀ ਕੀਤੀ ਹੋਈ, ਸਾਨੂੰ ਨੋਟਿਸ ਆ ਚੁੱਕੇ ਆ। ਇਸ ਤੋਂ ਇਲਾਵਾ PSA ਸਕੈਮ ਦੇ ਵਿੱਚ ਸਾਡੇ ਕੁਝ ਬੰਦੇ ਅੱਜ ਵੀ ਜੇਲ੍ਹ 'ਚ ਬੈਠੇ ਕੁਝ ਮਹੀਨੇ ਪਹਿਲਾਂ। ਅਸੀਂ ਦੱਸਣਾ ਚਾਹੁੰਦੇ ਕਿ ਅਸੀਂ ਉਹ ਲੋਕਾਂ ਦੇ ਗਰੁੱਪ ਹੈਗੇ ਆ ਜਿਹੜੇ ਇੱਦਾਂ ਦੇ ਸਕੈਮ ਨੂੰ ਉਜਾਗਰ ਕਰਕੇ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਬਿਆਨ ਦੇਣੇ ਪੈ ਰਹੇ ਹਾਂ ਕਿ 42 ਕਰੋੜ 45 ਕਰੋੜ ਵਾਪਸ ਆ ਗਿਆ, ਅਤੇ IS ਅਫਸਰਾਂ ਖਿਲਾਫ਼ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੇ ਦਿਨ ਪਰਮਿਸ਼ਨਾਂ ਮੰਗੀ ਜਾ ਰਹੀਆਂ, ਅਤੇ ਸਾਡੀ ਆਵਾਜ਼ ਨੂੰ ਬੰਦ ਕਰਨ ਵਾਸਤੇ ਜਿਹੜੇ ਚੈਨਲ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਆ ਉਹਨਾਂ ਚੈਨਲ ਦੀ ਸੰਘੀ ਨੱਪਣ ਵਾਸਤੇ ਜਿਹੜੀ ਵਿਜੀਲੈਂਸ ਬਿਊਰੋ ਕਰ ਰਹੀ ਹੈ। ਮੁੱਖ ਮੁੱਦਾ ਕੀ ਹੈ? ਮੁੱਖ ਮੁੱਦਾ ਇਹ ਹੈ, ਜਿਹੜਾ ਇੱਕ ਚੈਨਲ ਮੇਰੇ ਨਾਲ ਰਜਿੰਦਰ ਸਿੰਘ ਤੱਗੜ ਜੀ ਬੈਠੇ ਆ, ਇਹਨਾਂ ਨੂੰ ਪੁਲਿਸ ਕੇਸ ਦੇ ਵਿੱਚ ਉਲਝਾਉਣ ਦੀ ਪੂਰੀ ਤਿਆਰੀ ਹੈ। ਅਸੀਂ ਜਨਵਰੀ ਦੇ ਵਿੱਚ ਵੀ ਮੰਗ ਚੁੱਕੇ ਹਾਂ, ਕੋਈ ਅਜਿਹਾ ਸਬੂਤ ਹੈ ਨਹੀਂ ਕਿਸੇ ਪੱਤਰਕਾਰ ਦੇ ਖਿਲਾਫ਼ ਕਿ ਉਹਨੇ ਕੋਈ ਕਰਪਸ਼ਨ ਕੀਤੀ ਹੋਵੇ, ਕੋਈ ਉਗਰਾਹੀ ਕੀਤੀ ਹੋਵੇ। ਪਰ ਪੁਲਿਸ ਦਾ ਇੱਕ ਜਿੱਦਾਂ ਕਹਾਣੀ ਹੈ, ਪੁਲਿਸ ਦੀ ਕਹਿੰਦੇ ਜੇ ਗੰਡਾਸਾ ਸਿਰਹਾਣੇ 'ਤੇ ਰੱਖ ਕੇ ਸੁੱਤੇ ਪਏ ਹੈ ਤਾਂ ਪੁਲਿਸ ਕਹਾਣੀ ਬਣਾ ਸਕਦੀ ਹੈ, ਇਹ ਡਾਕਾ ਮਾਰਨ ਦੀ ਤਿਆਰੀ ਸੀ ਤਾਂ ਗੰਡਾਸਾ ਪਿਆ। ਪੁਲਿਸ ਦੂਜੇ ਪਾਸੇ ਮੁੜ ਸਕਦੀ ਹੈ ਕਿ ਇਹਨੂੰ ਜਾਨ ਦਾ ਖਤਰਾ ਸੀ ਤਾਂ ਕਰਕੇ ਗੰਡਾਸਾ ਰੱਖਿਆ। ਹੁਣ ਜਿਹੜੇ ਲੋਕ ਆਵਾਜ਼ ਚੱਕਦੇ ਹੈ, ਆਵਾਜ਼ ਚੱਕਣ ਵਾਲਿਆਂ ਦੇ ਖਿਲਾਫ਼, ਆਵਾਜ਼ ਬੰਦ ਕਰਨ ਵਾਸਤੇ ਰਜਿੰਦਰ ਸਿੰਘ ਤੱਗੜ ਦੇ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਕਿ ਇਹਨੂੰ ਕਿਸੇ ਤਰੀਕੇ ਨਾਲ ਜੇਲ੍ਹ ਭੇਜਿਆ ਜਾਵੇ। 11 ਮੈਂ ਇਸ਼ੂਜ਼ ਚੱਕੇ ਹੈ ਜੀ SSP ਸੰਦੀਪ ਗਰਗ ਦੇ ਬਾਰੇ। ਇਹਦੇ ਵਿੱਚ ਸਭ ਤੋਂ ਪਹਿਲਾਂ ਇਸ਼ੂ ਰੇਜ਼ ਕੀਤਾ ਜੋਏ ਹੋਮਸ ਦੇ ਵੱਲੋਂ ਨਜਾਇਜ਼ ਤੌਰ 'ਤੇ ਜਿਹੜੇ ਇਨਵੈਸਟਰਾਂ ਤੋਂ ਮਤਲਬ ਕਿ ਰਜਿਸਟਰੀ ਕਰਾਉਣ ਲਈ 20,000 ਰੁਪਏ ਲੈਣ ਬਾਰੇ। ਫਿਰ ACC ਕੋਆਪਰੇਟਿਵ ਹਾਊਸਿੰਗ ਸੁਸਾਇਟੀ ਦੇ ਬਾਰੇ DGP ਦੇ ਅਤੇ ਹੋਮ ਸੈਕਟਰੀ ਦੇ ਹੁਕਮ ਨਹੀਂ ਮੰਨ ਰਿਹਾ SSP। ਫਿਰ ਉਦੋਂ ਬਾਅਦ ਬਹੁਤ ਸਟੋਰੀਜ਼ ਕੀਤੀਆਂ ਇਹ ਅਲਟਸ ਕੰਪਨੀ 'ਤੇ ਜਿਹੜਾ PO ਹੋਇਆ ਉਹਨੂੰ ਫੜ ਨਹੀਂ ਰਿਹਾ। ਫਿਰ ਹੈਗਾ ਜਿਹੜਾ ਹੈਗਾ ਏਅਰੋਪੋਲਿਸ ਸਿਟੀ, ਉਹਦਾ ਜਿਹੜਾ ਮਾਲਕ ਹੈ ਪ੍ਰਮੋਟਰ PO ਹੋਇਆ ਨਹੀਂ ਫੜ ਰਿਹਾ, ਉਹ 'ਤੇ ਸਟੋਰੀ ਕੀਤੀ। ਫਿਰ 50 ਲੱਖ ਰੁਪਇਆ ਫਰੌਤੀ ਦਾ ਮਾਮਲਾ, ਅਮਨਜੋਤ ਕੌਰ ਇੰਸਪੈਕਟਰ ਜਿਹੜੀ ਲੇਡੀ ਸੀ, ਉਦੋਂ ਬਾਅਦ ਇੱਕ ਉਹ ਮੈਂ ਹੋਰ ਸਟੋਰੀ ਐਕਸਕਲੂਸਿਵ ਕੀਤੀ, ਅਮਨ ਚੱਠਾ 1 ਕਰੋੜ 26 ਲੱਖ ਰੁਪਇਆ ਲੈਣ ਬੰਦੇ ਤੋਂ ਗੁੜਗਾਓਂ ਗਿਆ। ਉਹਦੇ ਵਿੱਚ ASI ਦਵਿੰਦਰ ਸਿੰਘ ਖਰੜ ਪੁਲਿਸ ਦਾ ਨਾਲ ਭੇਜਿਆ SSP ਨੇ। ਉਹ ਸਾਰੇ ਇਸ਼ੂਜ਼ ਮੈਂ ਕੀਤੇ, 11 ਸਟੋਰੀਜ਼ ਕੀਤੀਆਂ ਇਹ 'ਤੇ।
ਤੇ ਅਮਰੂਦ ਦਾ ਜਿਹੜਾ ਬਾਗ ਉਟਾਲਾ ਹੋਇਆ ਸੀ ਉਹ ਵੀ ਅਮਰੂਦ ਬਾਗ ਦੇ ਵਿੱਚ ਬਹੁਤ ਖਬਰਾਂ ਕੀਤੀਆਂ ਸਤਨਾਮ ਦੌਂ ਸਾਡੇ ਸਾਥੀ ਨੇ ਇਹਨਾਂ ਨੂੰ ਵੀ ਵਿਜੀਲੈਂਸ ਬਿਊਰੋ ਨੇ ਨੋਟਿਸ ਭੇਜਤਾ ਯਾਨੀ ਕਿ ਸੇਵਾ ਸਿੰਘ ਅਤੇ ਜਿਹੜੇ ਨਾਲ ਮਹਿੰਦਰ ਲਾਲ ਆ ਉਹਨੂੰ ਜਿਨ੍ਹਾਂ ਨੇ ਇਹ ਚੀਜ਼ ਉਜਾਗਰ ਕੀਤੀ ਇਹ ਸ਼ਿਕਾਇਤ ਕਰਤਾ ਵਿਸਲ ਬਲੋਅਰ ਅਤੇ ਸ਼ਿਕਾਇਤ ਇਹਨਾਂ ਦੇ ਖਿਲਾਫ ਕਰਦਾ ਕੌਣ ਹੈ ਜਿਹੜਾ ਐਕਿਊਜ਼ਡ ਆ ਨੰਬਰ ਵਨ ਭੁਪਿੰਦਰ ਸਿੰਘ ਨੇ ਇਹ ਸਾਰਾ ਕੰਮ ਕੀਤਾ ਉਹ ਦੋਸ਼ੀ ਹੈ ਉਹਨੇ ਪੈਸੇ ਜਮ੍ਹਾਂ ਕਰਾਏ ਸਰਕਾਰ ਨੂੰ ਵਾਪਸ ਅਤੇ ਬੇਲ ਹੋਈ ਹੈ ਉਹਦੀ ਉਹ ਸ਼ਿਕਾਇਤ ਕਰਤਾ ਇੱਕ ਵੀਡੀਓ 2018 ਦੀ ਲੈ ਕੇ ਉਹਨੂੰ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਵਿਜੀਲੈਂਸ ਬਿਊਰੋ ਵਾਲੇ ਫਲਾਇੰਗ ਸਕੁਆਡ ਨੰਬਰ ਵਨ AIG ਮਨਮੋਹਨ ਸ਼ਰਮਾ ਦਾ ਇੱਕ ਕੰਮ ਹੈਗਾ ਸੋ ਅਸੀਂ ਇਹ ਆਵਾਜ਼ ਉਠਾਉਂਦੇ ਹਾਂ ਜਿਹੜੇ ਭ੍ਰਸ਼ਟ ਅਫਸਰ ਹੈ ਪੁਲਿਸ ਦੇ ਜਾਂ ਦੂਜੇ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਦੇ ਵਿਰੁੱਧ ਲੜਾਈ ਸਾਡੀ ਜਾ ਰਹੀ ਹੈ ਔਰ ਇਹ ਜਾਰੀ ਰਹੂਗੀ ਸਾਨੂੰ ਇੱਕ ਬਿਲਕੁਲ ਫੇਕ FIR 'ਚ ਸੰਮਨ ਕੀਤਾ ਜਾ ਰਿਹਾ ਅੱਜ ਵੀ ਮੇਰੀ ਪੇਸ਼ੀ ਹੈ ਦੁਬਾਰਾ ਦੂਜੀ ਵਾਰੀ ਬੁਲਾਇਆ ਜਾ ਰਿਹਾ ਇਸ ਕੇਸ FIR 'ਚ ਬਲਬੀਰ ਆਦਮਪੁਰ ਨੂੰ ਨਜਾਇਜ਼ ਫੜਿਆ ਗਿਆ ਟੋਟਲੀ ਬੇਸਲੈਸ ਇੱਕ ਟਰੈਪ ਕੇਸ ਅਸੀਂ ਬਣਾ ਰਹੇ ਸੀ ਸਾਡੀ ਖਬਰ ਅਸੀਂ ਉਹ ਰਿਕਾਰਡਿੰਗ ਕੀਤੀ ਕਿ ਇਹ ਬੰਦਾ ਪੈਸੇ ਔਫਰ ਕਰ ਰਿਹਾ ਬਰਾਈਬ ਕਰ ਰਿਹਾ SI ਰਣਜੀਤ ਸਿੰਘ ਇਹਨੂੰ ਫੜਾਇਆ ਜਾਵੇ DGP ਨਾਲ ਗੱਲ ਕਰਕੇ ਉਹ ਸਾਡੀ ਰਿਕਾਰਡਿੰਗ ਸਾਡੇ ਅਗੇਂਸਟ ਵਰਤੀ ਜਾ ਰਹੀ ਹੈ ਜਦੋਂ ਅਸੀਂ ਕਹਿ ਰਹੇ ਹਾਂ ਕਿ ਅਸੀਂ ਕੀਤੀ ਹੈ ਇਹਨੂੰ ਟਰੈਪ ਕੇਸ ਸੀਗਾ ਭਾਵੇਂ ਉਹ ਸਿਰੇ ਨਹੀਂ ਚੜਿਆ DGP ਸਾਹਿਬ ਗਏ ਹੋਏ ਸੀ ਪੰਜਾਬ ਸਟੂਅਰ 'ਤੇ ਉਸ ਨੂੰ ਆਧਾਰ ਬਣਾ ਕੇ ਵਾਰ ਵਾਰ ਸਾਨੂੰ ਅੰਡਰ ਪ੍ਰੈਸ਼ਰ ਕੀਤਾ ਜਾ ਰਿਹਾ ਅਤੇ ਅੱਜ ਤੁਸੀਂ ਭਗਵੰਤ ਮਾਨ ਨੂੰ ਮਿਲਣ ਵੀ ਜਾ ਰਹੇ ਹੋ ਇੱਕ ਲੈਟਰ ਦੇਣ ਜਾ ਰਹੇ ਹੋ ਇਹਦੇ ਬਾਰੇ CM ਸਾਹਿਬ ਨੂੰ ਇਹ ਬੇਨਤੀ ਕਰਨ ਜਾ ਰਹੇ ਹਾਂ ਕਿ ਤੁਸੀਂ ਇਹਨਾਂ ਅਫਸਰਾਂ 'ਤੇ ਨਜ਼ਰ ਰੱਖੋ ਇਹਨਾਂ 'ਤੇ ਸਖਤੀ ਕਰੋ ਇੱਕ 5 ਮੈਂਬਰੀ ਕਮੇਟੀ ਬਣਾਓ ਪ੍ਰੋਬ ਟੀਮ ਮਲਟੀ ਡਿਪਾਰਟਮੈਂਟਲ ਜਿਹਦੇ ਵਿੱਚ ਇੱਕ ਜੁਡੀਸ਼ਲ ਮੈਂਬਰ ਵੀ ਹੋਵੇ IAS ਹੋਵੇ ਰਿਟਾਇਰਡ ਹੋਵੇ ਭਾਵੇਂ ਸਰਵਿੰਗ ਹੋਵੇ ਰੈਵਨਿਊ ਦਾ ਹੋਵੇ ਇਸ ਤਰ੍ਹਾਂ 5 ਮੈਂਬਰੀ ਇੱਕ ਉਹਦੇ ਵਿੱਚ ਸੋਸ਼ਲ ਐਕਟਿਵਿਸਟ ਹੋਵੇ ਇਹ ਕੋਈ ਸੀਨੀਅਰ ਜਰਨਲਿਸਟ ਉਹਦੇ ਵਿੱਚ ਹੋਵੇ 5 ਮੈਂਬਰੀ ਪ੍ਰੋਬ ਕਮੇਟੀ ਬਣਾ ਕੇ ਇਹਨਾਂ ਅਧਿਕਾਰੀਆਂ ਦੇ ਭਾਵੇਂ ਵਿਜੀਲੈਂਸ ਵਾਲੇ ਹੈ ਅਤੇ ਭਾਵੇਂ ਇਹ SSP ਸੰਦੀਪ ਗਰਗ ਹੈ ਇਹਨਾਂ ਦੇ ਅਸੈਟਸ ਜਿਹੜੇ ਆ ਇਹਨਾਂ ਦੇ ਕੰਡਕਟ ਜਿਹੜਾ ਹੈਗਾ ਉਹਦੀ ਘੋਖ ਕੀਤੀ ਜਾਏ ਬਹੁਤ ਕੁਛ ਨਿਕਲੂਗਾ ਇਹ ਸਾਡੀ ਬੇਨਤੀ ਹੈ CM ਸਾਹਿਬ ਸਰ ਮੇਰੇ ਪਿੱਛੇ ਖੜ੍ਹੇ ਨੇ ਮੇਰੇ ਜਨਰਲ ਸਕੱਤਰ ਸੇਵਾ ਸਿੰਘ ਮਾਤਰਪੁਰ ਰਵਿੰਦਰ ਸਿੰਘ ਕੁੰਬੜਾ ਅਸੀਂ ਸਾਰੇ ਮਿਲ ਕੇ 1918 ਤੋਂ ਅਮਰੂਦ ਸਕੈਮ ਘੁਟਾਲੇ ਬਾਰੇ ਸਰਕਾਰ ਨੂੰ ਸੁਚੇਤ ਕਰਦੇ ਆ ਰਹੇ ਹਾਂ ਗਵਾਂਢਾਂ ਨੂੰ ਸੁਚੇਤ ਕਰਦੇ ਆ ਰਹੇ ਹਾਂ ਪਰ ਸਾਡੀ ਕੋਈ ਸੁਣਾਈ ਨਹੀਂ ਹੋਈ ਜਦੋਂ ਇਹ ਸਾਰੇ ਮੁੱਦੇ ਅਸੀਂ ਰਜਿੰਦਰ ਸਿੰਘ ਤੱਕੜ ਕੋਲ ਲੈ ਕੇ ਗਏ ਅਤੇ ਸਾਡੇ ਨੇ ਸਤਨਾਮ ਦਾਊ ਜੀ ਕੋਲ ਲੈ ਕੇ ਗਏ ਤਾਂ ਜਦੋਂ ਇਕੱਠੇ ਅਸੀਂ ਜਥੇਬੰਦ ਹੋ ਕੇ ਇਹਨੂੰ ਮੁੱਦੇ ਨੂੰ ਚੁੱਕਿਆ ਤਾਂ ਵਿਜੀਲੈਂਸ ਬਿਊਰੋ ਨੂੰ ਉਹਨਾਂ ਅਮਰੂਦ ਘੁਟਾਲੇ ਖੋਰਾਂ ਦੇ ਖਿਲਾਫ ਕਾਰਵਾਈ ਕਰਨੀ ਪਈ ਜਿਸ ਤੋਂ ਤਹਿ ਜਾ ਕੇ ਉਸ ਜਿਹੜੇ ਕਰਪਟ ਵਿਜੀਲੈਂਸ ਦੇ ਅਧਿਕਾਰੀ ਨੇ ਉਹਨਾਂ ਨੇ ਸਾਡੇ ਤੱਖੜ ਸਾਹਿਬ 'ਤੇ ਸਤਨਾਮ ਦਾਊ ਨੂੰ ਲਿਜਾਉਣ ਵਾਸਤੇ ਸੇਵਾ ਸਿੰਘ ਬਾਕਰ ਨੂੰ ਜਿਹੜਾ ਮੇਨ ਸ਼ਿਕਾਇਤ ਕਰਤਾ ਜਿਹਨੇ ਮੁੱਦਾ ਸਭ ਤੋਂ ਅੰਦਰੋਂ ਕੱਢਿਆ ਉਹਦਾ ਵੀ ਨਾਮ ਵਿੱਚ ਲੈ ਕੇ ਇੱਕ ਪੁਰਾਣੀ ਵੀਡੀਓ ਨੂੰ ਆਧਾਰ ਬਣਾ ਕੇ ਜਿਹੜੀ ਕੁਝ ਕਰਪਟ ਵਿਜੀਲੈਂਸ ਦੇ ਅਧਿਕਾਰੀ ਕੁਝ ਚੰਗੇ ਅਧਿਕਾਰੀਆਂ ਨੇ ਕੇਸ ਰਜਿਸਟਰ ਕੀਤੇ ਜਿਹੜੇ ਕਰਪਟ ਅਧਿਕਾਰੀ ਹੈ ਉਹ ਇਸ ਨੂੰ ਟੇਢੇ ਢੰਗ ਨਾਲ ਇਹਨਾਂ ਨੂੰ ਫਸਾ ਕੇ ਉਹਨੂੰ ਦੂਜੇ ਪਾਸੇ ਲਿਜਾਣ ਵਾਲਿਆਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਹੁਣ ਤੁਹਾਡਾ ਕੀ ਰੁੱਖ ਰਹੇਗਾ ਜੀ ਅਗਰ ਤੱਕੜ ਸਾਹਿਬ ਨੂੰ ਜੇ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਸੜਕਾਂ ਜਾਮ ਕਰਾਂਗੇ ਅਸੀਂ ਥਾਣਿਆਂ ਦਾ ਘਿਰਾਓ ਕਰਾਂਗੇ ਪੱਤਰਕਾਰ ਭਾਈਚਾਰੇ ਨਾਲ ਅਸੀਂ ਡੱਟ ਕੇ ਖੜ੍ਹੇ ਹਾਂ ਕਿਉਂਕਿ ਪੱਤਰਕਾਰ ਭਾਈਚਾਰਾ ਹੀ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ ਅਗਰ ਇਹ ਡਿੱਗ ਗਿਆ ਤਾਂ ਇੱਥੇ ਮਾਨਯੋਗ ਸੁਪਰੀਮ ਕੋਰਟ ਰਹਿਜੂ ਇਕੱਲਾ ਕਿਉਂਕਿ ਸਿਆਸਤਦਾਨ ਤਾਂ ਪਹਿਲਾਂ ਹੀ ਹੈ ਜਿਹੜੇ ਉਹ ਅੱਡ ਅੱਡ ਆਪਣੇ ਚਰੋਟੀਆਂ ਸੇਕ ਰਹੇ ਨੇ ਇਸ ਕਰਕੇ ਮੈਂ ਦੁਬਾਰਾ ਫਿਰ ਭੁਪਿੰਦਰ ਮਾਨ ਵੱਲੋਂ ਇਹ ਤੱਕੜ ਸਾਹਿਬ ਨੂੰ ਸਾਰੀ ਪ੍ਰੈਸ ਨੂੰ ਵਿਸ਼ਵਾਸ ਦਿਵਾਉਣਾ ਚਾਹਾਂਗਾ
ਕਿ ਜੋ ਵੀ ਸਾਡੇ ਕਰਨਾ ਪਿਆ ਉਸ ਤੋਂ 10 ਗੁਣਾ ਵੱਧ ਕੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ।